टेंशन च लग रही हूं। तेनू पता ता है मेरे प्राण किन्नी मारी कीती मेरे नाल। जे तुसी बुरा ना मन्नो तो मेरे कोल एक स्कीम आ। ओ किवें? मेरे कोल स्कीम आ अपर तो सारा कुछ कढ़ा सकदे जिन्ना पणो घटा पया सारा पूरा हो जाऊ। ओ किवें? ਜਿਹੜੀ ਸਕੀਮ ਤੂੰ ਦੱਸੀ ਸੀਗੀ ਕੰਮ ਤਾਂ ਬਾਅਦ ਚ ਹੁੰਦੇ ਰਹਿਣਗੇ ਪਹਿਲਾਂ ਆਪਾਂ ਜਾਣਾ ਜੀ। ਚਲੋ ਮੈਂ ਤਾਂ ਕਹਿੰਦੀ ਹਾਂ ਚਲੋ ਚਲੋ ਮੈਂ ਤਾਂ ਤਿਆਰ ਆ ਜੀ। ਚਲੋ ਬਾਅਦ ਚ ਕਰ ਲਾਂਗੇ। देख लो जी मना चिड़िया इन्होंने नाले ठंडी हवा जमा रोड ते आपां नूं देती ओह खुड इन्हां दी अकल तां हुण मैं टकाने लियो। चल कोई ना चलते आ जा लाउणे आ स्कीम। चल खर्चा खर्चा सुधर दे। अपनी ना स्कीम चलाई है सरकार ने लोन हुंदे ने विचों अद्धे पैसे माफ हुंदे ने दो दो ढाई ढाई लाख दे लोन कराउंदे ने। अच्छा असि कहा भी चल साडा तां हो गया असि थोड़ा भी करा दिए पूरा फायदा वध हो जाऊगा। ਆਪਾਂ ਕਿਹੜਾ ਕਿਸੇ ਉਹਦੇ ਕੋਲੇ ਜਾਣਾਗਾ ਆਪਾਂ ਤਾਂ ਲੈ ਕੇ ਦੇਖੋ
ਅੱਜ ਕੱਲ ਤਾਂ ਸਰਕਾਰੀ ਵੀ ਭੱਜੀ ਜਾਂਦੀਆਂ ਨੇ ਅੱਜ ਕੱਲ ਸਰਕਾਰਾਂ ਦਾ ਕੀ ਪਤਾ ਕਿਹੜੇ ਵੇਲੇ ਵੇਚ ਦੇਣ ਨਹੀਂ ਉਹ ਤਾਂ ਠੀਕ ਹੈ ਲੈਣ ਵਾਲੇ ਲੋਕ ਤਾਂ ਬਹੁਤ ਲੈਂਦੇ ਨੇ ਪਰ ਬਾਅਦ ਚ ਸਾਰਿਆਂ ਨਾਲ ਤੁਹਾਨੂੰ ਵੀ ਕਹਿੰਦੀ ਆ ਤੁਸੀਂ ਇਹਨਾਂ ਚੱਕਰਾਂ ਚ ਨਾ ਪਵੋ ਤੈਨੂੰ ਸਾਡੇ ਤੇ ਦੁਬਾਰਾ ਹੀ ਨਹੀਂ ਪਤਾ ਲੈ ਜੀ ਸੋਡੇ ਦੇ ਨਾ ਉਹ ਹੋਰ ਦੱਸ ਕੀਤੇ ਹੋਊਗੀ ਲੈ ਫਿਰ ਤੂੰ ਮੇਰੀ ਗੱਲ ਬੜਾ ਕਾਹਨੂੰ ਨਹੀਂ ਮੰਨਦੀ ਹੈਗੀ ਲੈ ਇੱਕ ਵਾਰੀ ਮੰਨ ਕੇ ਤਾਂ ਦੇਖ ਮੇਰੀ ਭੈਣ ਬਣ ਕੇ ਮੈਨੂੰ ਕਾਸ ਦੀ ਲੋੜ ਹੀ ਨਹੀਂ ਰੱਬ ਦਿੱਤਾ ਸਾਰਾ ਕੁਝ ਹੈਗਾ ਮੈਂ ਕਾਹਨੂੰ ਇਹਨਾਂ ਚੱਕਰਾਂ ਚ ਪੈਣਾ ਲੈ ਭੈਣੀ ਸੌ ਤੀਵੀਆਂ ਨੂੰ ਮੰਡਾ ਤਾਂ ਬਣਾ ਲੈਂਦੀ ਹੈ ਦੇਖ ਤੈਨੂੰ ਪਤਾ ਮੈਨੂੰ ਪਹਿਲੇ ਦਿਨ ਇੱਕ ਜੂਸੀ ਦਾ ਸਾਲ ਆ ਠੀਕ ਆ ਘੱਟ ਪਾ ਲਾਂਗੇ ਪਰ ਕਿਸੇ ਦੇ ਮੰਗਣ ਨਹੀਂ ਜਾਂਦੀ ਇਹ ਕਿਹੜਾ ਭੈਣੀ ਕਿਸੇ ਤੇ ਮੰਗ ਕੇ ਨਾ ਨਹੀਂ ਭੈਣੇ ਬੈਂਕ ਖਾਤੇ ਚੱਕਰਾਂ ਚ ਤੁਸੀਂ ਸਮਝਾਓ ਇਹਨੂੰ ਇਹ ਤਾਂ ਕਹਿੰਦੀ ਨਹੀਂ ਭਾਈ ਰੋਜ਼ ਹੀ ਕਦੇ ਕਿਸ਼ਤ ਭਰਿਆ ਉੱਥੇ ਲੈਣਾ ਚ ਅਲੱਗ ਅਲੱਗ ਕਿਸ਼ਤਾਂ ਭਰਨੀਆਂ ਪੈਂਦੀਆਂ ਨੇ ਪਹਿਲਾਂ ਕਢਾਉਣ ਵੇਲੇ ਲੈਣ ਵੇਲੇ ਲੋਕ ਔਖੇ ਹੁੰਦੇ ਨੇ ਫਿਰ ਭਰਨ ਵੇਲੇ ਔਖੇ ਹੋਈ ਜਾਓ ਗਰਮੀ ਚ ਉੱਥੇ ਖੜੇ ਹੋ ਵਿਆਜ ਕਾਹਨੂੰ ਦੇਣਾ ਆਪਾਂ ਇਹ ਕਿਸ਼ਤਾਂ ਕੁਸ਼ਤਾਂ ਭੈਣੇ ਘਰ ਹੋਈਆਂ ਕਹਿੰਦੇ ਵਿਆਜ ਕਾਹਦਾ ਹੈ ਲੈ ਤਾਂ ਉਹ ਆਪਦੇ ਖਾਤੇ ਚ ਪਾਉਣਗੇ ਆਪਣੇ ਨਾਲੇ ਉਹਦੇ ਪੈਸੇ ਮਾਫ ਨਹੀਂ 2.5 ਲੱਖ ਆਊਗਾ ਲੱਖ ਰੁਪਿਆ ਵਿੱਚੋਂ ਮਾਫ ਆ ਕੋਈ ਵਿਆਜ ਨਹੀਂ ਹੈਗਾ ਕੋਈ ਮੈਂ ਕਹਿੰਦੇ ਕੋਈ ਦੀ ਲੋੜ ਚਲ ਕੋਈ ਨਾ ਦੇਖਦੇ ਆ ਫਿਰ ਇੱਕ ਰਾਏ ਕਰਦੇ ਆ ਸੀ ਸਾਡਾ ਕਿਹੜਾ ਤਾਂ ਫਰਜ਼ ਸੀ ਬਈ ਤਾਂ ਸਾਡਾ ਕਿਹੜਾ ਤਾਂ ਫਰਜ਼ ਸੀ ਸੰਤ ਐ ਵੀ ਜੇ ਸਾਡਾ ਭਲਾ ਹੋਇਆ ਤੁਹਾਡਾ ਵੀ ਹੋ ਜੇ ਉਹ ਤਾਂ ਚਲ ਠੀਕ ਆ ਤੁਹਾਡੀ ਗੱਲ ਮੰਨੀ ਆ ਤੁਸੀਂ ਸੋਚੋਗੇ ਸਾਡੇ ਬਾਰੇ ਹੋਰ ਕੌਣ ਸੋਚੂਗਾ ਠੀਕ ਹੈ ਲੈ ਆਪਣੇ ਕਰਕੇ ਆ ਗਈ ਜੀ ਅਸੀਂ ਤਾਂ ਤੁਸੀਂ ਤਾਂ ਭਲਾ ਨਹੀਂ ਆਉਂਦੇ ਲੈ ਤੁਸੀਂ ਤਾਂ ਕਦੇ ਆ ਕੇ ਸਾਡਾ ਬਾਰ ਵੀ ਨਹੀਂ ਦੇਖਿਆ ਜੋ ਇੱਥੇ ਆਏ ਹੋ ਕੀ ਕਰੀਏ ਤੈਨੂੰ ਪਤਾ ਹੈ ਕੰਮ ਦੇ ਵਗ ਜਾਂਦਾ ਖੇਤ ਵਗ ਜਾਂਦਾ ਮੈਥੋਂ ਘਰ ਹੀ ਨਹੀਂ ਲੋਟ ਆਉਂਦਾ ਇੱਕ ਹੈ ਜਮਾਂ ਸੜਕ ਤੇ ਸੁੱਖ ਨਾਲ ਤੈਨੂੰ ਪਤਾ ਘਰ ਦਾ ਇੱਥੇ ਕੋਈ ਨਾ ਮੰਗਤ ਵਾੜੀ ਆਈ ਰਹਿੰਦੀ ਡਰ ਲੱਗਿਆ ਰਹਿੰਦਾ ਚੱਲ ਮੈਂ ਇਹਨੂੰ ਕਿਹਾ ਮੈਂ ਚੱਲ ਬਾਬਾ ਜੀ ਕੋਲ ਚੱਲ ਕੋਲੇ ਆਪਾਂ ਤੁਸੀਂ ਤਾਂ ਗੜੀ ਨਹੀਂ ਮਾਰਦੇ ਆਵਾਂਗੇ ਵੀਰੇ ਕੋਈ ਨਾ ਜ਼ਰੂਰ ਆਵਾਂਗੇ ਆਉਣਾ ਕਿਉਂ ਨਹੀਂ ਉਸੇ ਘਰ 'ਚ ਹੀ ਰਹੇ ਆ ਹੁਣ ਤੱਕ ਤੁਸੀਂ ਤਾਂ ਵਧੀਆ ਰੋਡ ਦੇ ਘਰ ਪਾ ਲਿਆ ਵਧੀਆ ਕੋਠੀ ਪਾ ਲਈ ਫਿਰ ਵੱਡੀ ਚਲੋ ਬਾਈ ਕਿਰਪਾ ਇਹ ਵੀ ਮਾਲਕ ਦੀ ਆਪਾਂ ਤਾਂ ਕਹਿੰਦੇ ਆ ਮਾਲਕ ਸਭ ਨੂੰ ਕੋਠੀਆਂ ਪਵਾਵੇ ਸੋਨੂੰ ਵੀ ਪਵਾਵੇ ਭਾਈ ਤੁਸੀਂ ਵੀ ਸਾਡੇ ਬਰਾਬਰ ਦੇ ਸਾਡੇ ਬਰਾਬਰ ਦੇ ਹੋਮੋ ਨੇ ਜੇ ਅਸੀਂ ਇੰਨਾ ਕਰਦੇ ਸੀ ਤਾਂ ਹੀ ਆਏ ਆ ਭੈਣੇ ਨਹੀਂ ਕਿਹੋ ਸਾਨੂੰ ਕੀ ਲੋੜ ਹੈ ਅਸੀਂ ਹੋਰ ਨਾ ਕਿਸੇ ਦਾ ਕਰਾ ਦਿੰਦੇ ਪਰ ਤੁਸੀਂ ਇੱਕ ਵਾਰੀ ਕਰਾ ਕੇ ਦੇਖੋ ਜ਼ਰੂਰ ਚਾ ਕੋਈ ਨਾ ਫਿਰ ਸੋਚਦੇ ਆ ਹੁਣ ਇੱਕੋ ਦੰਤਾ ਨਾ ਹਾਂ ਨਾ ਨਹੀਂ ਕਹੀ ਜਾਂਦੀ ਚਲੋ ਕੋਈ ਨਾ ਤਾਂ ਕਰੀਏ ਹਾਂ ਨਾ ਕਰਕੇ ਰਾਏ ਕਰਕੇ ਸਾਨੂੰ ਫੋਨ ਕਰ ਦਿਓ ਇਹ ਆ ਕੇ ਪ੍ਰੂਫ ਲੈ ਜਾਣਗੇ ਤੁਹਾਡੇ ਦੱਸ ਦਿਓ ਕੋਲ ਜਿਵੇਂ ਤੁਹਾਡੀ ਸਲਾਹ ਬਣੀ ਮੈਂ ਪ੍ਰੂਫ ਲੈ ਤੁਹਾਡੇ ਪਾਸ ਚਲੋ ਠੀਕ ਹੈ ਫਿਰ ਅਸੀਂ ਚੱਲਦੇ ਨਹੀਂ ਨਹੀਂ ਚਾਹ ਪੀ ਕੇ ਜਾਇਓ ਐ ਨਾ 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 ਚਾਹ ਤਾਂ ਆਪ ਦਾ ਘਰ ਹੈ ਭੈਣੇ ਚਾਹ ਵੀ ਤਾਂ ਕੀ ਲੋੜ ਹੈ ਚੱਲ ਠੀਕ ਹੈ ਬਈ ਠੀਕ ਹੈ ਜੀ ਚੰਗਾ ਡੈਡੀ ਹਾਂਜੀ ਆ ਇਹਨਾਂ ਚ ਚੀਕੂ ਜਾਂ ਫਟ ਲੈ ਇੱਕ ਮੈਂ ਹਜੇ ਪੁੱਤ ਕੱਚੇ ਨੇ ਪੱਕ ਜਾਣ ਦੇ ਫੇਰ ਖਾ ਲਿਓ ਚੱਲ ਚੰਗਾ ਸੁਣਦੇ ਨਹੀਂ ਆ ਫੋਨ ਆਈ ਜਾਂਦਾ ਉਹਨਾਂ ਦਾ ਫੇਰ ਤੇਰੇ ਭਾਈ ਦਾ ਕਿਵੇਂ ਕਰਨਾ ਫਿਰ ਮੈਂ ਤਾਂ ਕਹਿੰਦੀ ਜਵਾਬ ਦੇ ਦਈਏ ਇਹ ਕਮੇਟੀਆਂ ਕਮੂਟੀਆਂ 'ਚ ਧੋਖੇ ਧੜੇ ਵਾਲੇ ਹੁੰਦੇ ਨੇਗੇ ਤੁਸੀਂ ਜਵਾਬ ਦੇ ਦਿਓ ਤੁਹਾਡਾ ਭਾਈ ਆ ਮੇਰੀ ਕਹੀ ਤਾਂ ਗੱਲ ਦੂਰ ਜਾਊ ਮੈਂ ਤਾਂ ਜਵਾਬ ਦੇ ਦੂੰ ਤੂੰ ਹੀ ਭੇਜੇਗੀ ਉਹਨਾਂ ਦੇ ਮੁੜ ਮੁੜ ਤੂੰ ਹੀ ਭੇਜਦੀ ਆ ਵਾਰ ਵਾਰ ਉਹਨਾਂ ਤੇ ਤੇ ਮੈਂ ਨਹੀਂ ਭੇਜਦੀ ਹੁਣ ਜੇ ਤੁਸੀਂ ਜਵਾਬ ਦੇ ਤਾਂ ਮੈਂ ਜਮਾਂ ਨਹੀਂ ਹਾਂ ਤੇ ਹਾਂ ਮਿਲਾਉਂਦੀ ਮੈਨੂੰ ਤਾਂ ਇਹੋ ਜਿਹੀਆਂ ਗੱਲਾਂ ਤੇ ਭੋਰਾ ਯਕੀਨ ਆ ਕਿਸ਼ਤਾਂ ਕੁਸ਼ਤਾਂ ਵਾਲਿਆਂ ਤੇ ਲੋਨਾਂ ਲਾਨਾਂ ਤੇ ਚਲ ਆ ਜਾਓ ਫਿਰ ਗੱਲ ਕਰਦੇ ਉਹਨਾਂ ਨਾਲ ਆਉਂਦੇ ਨੇ ਉਹ ਤੁਰਪੇ ਹੋਣਗੇ ਚੱਲ ਚੱਲਦੇ ਆ ਫਿਰ ਮੈਂ ਠੰਡੇ ਹੋਏ ਕਰ ਲਿਆ ਹੁਣ ਧੁੱਪ ਚੜ ਗਈ ਮੈਂ ਪਾਣੀ ਲੈ ਕੇ ਆਉਣੀ ਆ ਉਹ ਬਹੁਤ ਗਰਮੀ ਆ ਲੈ ਪਾਣੀ ਪੀ ਹੁਣ ਜਾ ਕੇ ਅੰਦਰ ਪੜ ਲਈ ਤੂੰ ਸਾਰਾ ਦਿਨ ਬਾਹਰ ਹੀ ਖੇਡਦਾ ਰਹਿਣਾ ਮੈਨੂੰ ਵੀ ਐ ਹੋ ਗਿਆ ਵੀ ਚੱਲ ਜਾਏ ਵੇਲੇ ਆਉਂਦੇ ਹੱਥ ਨੇ ਕੰਮ ਧੰਦੇ ਹੋ ਜਾਂਦੇ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਨਹੀਂ ਜਾਣਾ ਪਾਣੀ ਨੂੰ ਰਹਿਣ ਦਿਓ ਤੁਸੀਂ ਬੈਠੋ ਆਪਾਂ ਜਿਹੜੇ ਨਹੀਂ ਕੋਈ ਨਾ ਕਰਨੀ ਆ ਪਾਣੀ ਤਾਂ ਪੀ ਲਓ ਨਹੀਂ ਕੋਈ ਨਾ ਬੈਠੋ ਚਲੋ ਪੁੱਤ ਅੰਦਰ ਚਲੋ ਤੁਸੀਂ ਪੜੋ ਆ ਪੜ ਲਈ ਜਾ ਕੇ ਤੇ ਮੋਬਾਈਲ ਚੱਕ ਲਈ ਫਿਰ ਭੈਣੇ ਤੁਸੀਂ ਕੀ ਸਲਾਹ ਬਾੜੀ ਕੀਤੀ ਹੈ ਕੀ ਰਾਏ ਬਾੜੀ ਕਰੀ ਆ ਸਾਨੂੰ ਦੱਸ ਦਿੰਦੇ ਸਲਾਹ ਭੈਣੇ ਬਸ ਇਹੀ ਆ ਕੱਲ ਵਾਲ ਕੋਈ ਆ ਵੀ ਸਾਨੂੰ ਤਾਂ ਇਹਨਾਂ ਚੀਜ਼ਾਂ 'ਤੇ ਵਿਸ਼ਵਾਸ ਨਹੀਂ ਹੈਗਾ ਅਸੀਂ ਸਲਾਹ ਕਰੀ ਸੀ ਵੀ ਇਹੋ ਜਿਹੇ ਕੰਮਾਂ 'ਚ ਅਸੀਂ ਨਹੀਂ ਪੈਂਦੇ ਹੈਗੇ ਵੀ ਰਹਿ ਨਹੀਂ ਦਿਓ ਲੈ ਭੈਣੇ ਵਿਸ਼ਵਾਸ ਵਾਲੀ ਕਿਹੜੀ ਗੱਲ ਹੈ ਲਿਆ ਦੇਖ ਸਾਡਾ ਤਾਂ ਪਾਸ ਹੋ ਵੀ ਗਿਆ ਅਸੀਂ ਤਾਂ ਹੁਣ ਹੀ ਉੱਥੋਂ ਹੀ ਆਏ ਹਾਂ ਸਿੱਧੇ ਤਾਂ ਹੀ ਤੇਰੇ ਕੋਲ ਆ ਗਏ
ਤੁਸੀਂ ਲੋਨ ਲਾਉਣ ਦੇ ਚੱਕਰਾਂ 'ਚ ਨਾ ਪਓ। ਮੈਂ ਤਾਂ ਤੁਹਾਨੂੰ ਇਹ ਸਲਾਹ ਦਿੰਦਾ ਵੀ ਤੁਸੀਂ ਆਪਦੀ ਮਿਹਨਤ ਕਰੋ, ਇਹ ਫਰੋਡ ਹੁੰਦੇ ਨੇ ਬਾਅਦ 'ਚ ਸਾਰੇ। ਨਹੀਂ ਨਹੀਂ ਬਾਈ, ਤੂੰ ਯਕੀਨ ਤਾਂ ਕਰ ਸਾਡੇ 'ਤੇ। ਇਹੀ ਯਕੀਨ ਵਾਲੀਆਂ ਗੱਲਾਂ ਬਾਅਦ 'ਚ ਵਿਸ਼ਵਾਸਘਾਤ ਹੋ ਜਾਂਦੀਆਂ ਨੇ, ਮੁੜ ਕੇ ਕੋਈ ਨਹੀਂ ਨਾਲ ਖੜਦਾ ਬਾਈ, ਬਹੁਤ ਇਹ ਮਹਿੰਗਾ ਪੈ ਜਾਂਦਾ ਲੋਨ। ਨਹੀਂ ਨਹੀਂ ਭਾਜੀ, ਵਿਸ਼ਵਾਸ ਵਾਲੀ ਕਿਹੜੀ ਗੱਲ ਹੈ, ਨਾ ਹੁਣ ਸਾਡਾ ਵੀ ਤਾਂ ਪਾਸ ਹੋਇਆ ਹੀ ਹੈ, ਅਸੀਂ ਵੀ ਉੱਥੋਂ ਹੀ ਆਏ ਹਾਂ। ਚੱਲ ਜੇ ਤੁਸੀਂ ਨਹੀਂ ਕਰਾਉਣਾ ਭੈਣ ਜੀ, ਤੁਸੀਂ ਸਾਨੂੰ ਪ੍ਰੂਫ ਦੇ ਦਿਓ, ਨਾਲੇ ਅਸੀਂ ਕੁਛ ਬਣਾ ਲਾਂਗੇ, ਕਿਸ਼ਤ ਅਸੀਂ ਆਪੇ ਭਰ ਲਿਆ ਕਰਾਂਗੇ। ਭਲਾ ਨਹੀਂ ਭੈਣੇ, ਤੂੰ ਕਿੱਥੋਂ ਕਿਸ਼ਤ ਭਰ ਲੈਂਗੀ, ਪਹਿਲਾਂ ਹੀ ਤੂੰ ਕਿੰਨੇ ਲੋਨ ਚੱਕੀ ਬੈਠੀ ਆ। ਆਏ ਮਹੀਨੇ ਆ ਜਾਂਦਾ ਅਖਬਾਰ 'ਚ ਲੋਨ ਵਾਲਾ, ਨਾਲੇ ਨਾ ਤਾਂ ਮੈਂ ਆਪ ਲੋਨ ਚੱਕਾਂ, ਨਾ ਮੈਂ ਤੈਨੂੰ ਚੱਕਣ ਦੀ ਸਲਾਹ ਦੇਵਾਂ, ਇਹੋ ਜਿਹੇ ਕੰਮਾਂ 'ਚ ਨਹੀਂ ਪਈਦਾ ਹੁੰਦਾ। ਮਿਹਨਤ ਕਰ ਲਓ, ਜਿੱਡੇ ਚਾਦਰ ਆ ਓਨੇ ਪੈਰ ਪਸਾਰੀ ਦੇ ਹੁੰਦੇ ਨੇ, ਸਿਆਣੇ ਬਣੋ ਤੁਸੀਂ, ਲੋਕਾਂ ਵਾਂਗਰ ਨਾ ਲੱਗੋ। ਤੂੰ ਤਾਂ ਭਾਈ ਰੋਡ ਤੇ ਕੋਠੀ ਪਾਈ ਬੈਠਾ ਗਾ, ਸਾਡੇ ਦੇ ਘਰ ਦੀਆਂ ਛੱਤਾਂ ਵੀ ਚੌਂਦੀਆਂ ਨੇ। ਤੁਸੀਂ ਤਾਂ ਨਾਲੇ ਕਾਗਜ਼ ਹੀ ਦੇਣੇ ਆ ਭੈਣ ਜੀ, ਕਿਸ਼ਤ ਦਾ ਅਸੀਂ ਆਪੇ ਭਰਨੀ ਆ। ਬਾਈ ਤੂੰ ਹੁਣ ਆਪਣੇ ਛੋਟੇ ਭਾਈ ਦੀ ਇੰਨੀ ਕੀ ਵੀ ਨਹੀਂ ਮਦਦ ਕਰ ਸਕਦਾ। ਬਾਈ ਤੈਨੂੰ ਪਿਆ ਪਵਾਇਆ ਘਰ ਛੱਡਤਾ, ਬਾਪੂ ਦਾ ਹਿੱਸਾ ਵੀ ਤੈਨੂੰ ਦੇਤਾ, ਤੁਸੀਂ ਬਸ ਇੱਕ ਆ ਮੇਰੀ ਕੋਠੀ ਦੇਖ ਲੈਂਦੇ ਹੋ, ਮੇਰਾ ਤਾਂ ਥਾਂ ਵੀ ਥੋੜਾ ਗਾ। ਮੈਂ ਪਤਾ ਕਿੰਨੀ ਮਿਹਨਤ ਨਾਲ ਬਣਾਈ ਇਹ ਕੋਠੀ, ਤੁਸੀਂ ਵੀ ਮਿਹਨਤ ਕਰੋ, ਆਪਦਾ ਬਣਾ ਲਓ, ਆ ਲੋਨਾਂ ਨੂੰ ਉਹਨਾਂ ਦੇ ਚੱਕਰਾਂ ਵਿੱਚ ਨਾ ਪਾਓ, ਅਸੀਂ ਤਾਂ ਇਹ 'ਚ ਬਿਲਕੁਲ ਹੀ ਵਿਸ਼ਵਾਸ ਨਹੀਂ ਰੱਖਦੇ। ਬਾਈ ਤੂੰ ਤਾਂ ਕਹਿੰਦੇ ਮੈਨੂੰ ਪ੍ਰੂਫ ਹੀ ਦੇਣੇ ਆ, ਕਿਸ਼ਤ ਤਾਂ ਮੈਂ ਭਰਨੀ ਆ। ਤੂੰ ਕਿਸ਼ਤ ਕਿੱਥੋਂ ਭਰ ਦੇਗਾ, ਕੰਮ ਤਾਂ ਤੂੰ ਪਹਿਲਾਂ ਨਹੀਂ ਕਰਦਾ। ਕਰੀ ਤਾਂ ਜਾਂਦਾ ਬਾਈ ਹੁਣ। ਲੈ ਭੈਣੇ ਕੰਮ ਤਾਂ ਹੁਣ ਇਹ ਕਰਨ ਲੱਗ ਗਏ ਵਧੀਆ, ਨਾਲੇ ਤੁਸੀਂ ਪ੍ਰੂਫ ਹੀ ਦੇਣੇ ਆ ਭੈਣੇ, ਨਾਲੇ ਹੁਣ ਹੋਰ ਅਸੀਂ ਕਿਤੋਂ ਲਵਾਂਗੇ ਪ੍ਰੂਫ, ਗਵਾਂਢੀਆਂ ਤੋਂ ਮੰਗਦੇ ਭਲਾ, ਤੁਸੀਂ ਆਪਦੇ ਸੀ ਅਸੀਂ ਤਾਂ ਤੁਹਾਡੇ ਕੋਲ ਆ ਗਏ, ਤੁਸੀਂ ਵੀ ਐਂ ਕਰਦੇ ਹੋ ਹੁਣ। ਚਲੋ ਤਾਂ ਤੁਹਾਡੀ ਗੱਲ ਸਹੀ ਆ, ਪਰ ਇਹ ਚੱਕਰਾਂ 'ਚ ਪੈਂਦੇ ਨਹੀਂ, ਮੇਰਾ ਕਹਿਣਾ ਨਹੀਂ ਮੰਨਦੇ, ਮੈਂ ਕੀ ਕਰਾਂ, ਨਹੀਂ ਮੈਂ ਤਾਂ ਦਵਾ ਦਿੰਦੀ। ਐਵੇਂ ਚੱਲ ਕਿਸ਼ਤ ਤਾਂ ਅਸੀਂ ਭਰਨੀ ਆ, ਕਿਹੜੀ ਬਾਰੀ ਕਿਸ਼ਤ ਆ ਗਈ, 35-40 ਹਜ਼ਾਰ ਦਾ ਤਾਂ ਲੋਨ ਹੈ ਭੈਣੇ, ਕਿਸ਼ਤ ਅਸੀਂ ਭਰਨੀ ਆ। ਦੱਸ ਇਹ 'ਚ ਤੁਹਾਨੂੰ ਤਾਂ ਕੋਈ ਉਹ ਨਹੀਂ ਹੈਗਾ, ਕਾਗਾ ਕਾਲੀ, ਅਸੀਂ ਆਪੇ ਭਰ ਲਾਂਗੇ ਕਿਸ਼ਤਾਂ, ਬਸ ਤੁਸੀਂ ਪ੍ਰੂਫ ਦੇ ਦਿਓ ਭੈਣ ਬਣ ਕੇ। ਹੁਣ ਮੇਰੀ ਭੈਣ ਹੋਣ ਦੇ ਨਾਤੇ ਤੂੰ ਇੰਨਾ ਵੀ ਨਹੀਂ ਕਰੇਂਗੀ, ਛੋਟੇ ਆ ਅਸੀਂ ਤੁਹਾਡੇ ਤੋਂ, ਕੁਛ ਤਾਂ ਸੋਚ ਲਓ ਸਾਡੇ ਬਾਰੇ। ਮੈਂ ਕਿਸ਼ਤ ਸਾਰੇ 40-50 ਹਜ਼ਾਰ ਤੱਕ ਦੇ ਆ। ਹਾਂ ਇਹ 40-50 ਹਜ਼ਾਰ ਦਾ ਲਾਉਣਾ, 35-40 ਹਜ਼ਾਰ ਦਾ, ਬਾਹਲਾ ਵੱਡਾ ਨਹੀਂ ਹੈਗਾ, ਬਸ ਅਸੀਂ ਤਾਂ ਇੱਕ ਕਮਰੇ ਦੀ ਛੱਤ ਪਾਉਣੀ ਹੈ। ਚਾਲੀ ਤਾਂ ਭਾਰੀ ਦੇਣਗੇ, ਇੰਨਾ ਤਾਂ ਕਮਾਈ ਲੈਂਦਾ, ਹੋਰ ਨੀ ਦੁੱਧ ਤਾਂ ਪਾਉਂਦੇ ਆ। ਚੱਲ ਦੇਖ ਲੋ ਫਿਰ, ਹੋਰ ਆਪਦੇ ਘਰੇ ਨੀਵੇਂ ਹੋ ਕੇ ਆਏ ਨੇ ਸ਼ਰੀਫ, ਬਸ ਤੁਸੀਂ ਪ੍ਰੂਫ ਦੇ ਦਿਓ ਨਾ। ਪ੍ਰੂਫ ਕਿਹੜੇ ਕਿਹੜੇ ਲੱਗਣਗੇ? ਆਧਾਰ ਕਾਰਡ ਤੇ ਪੈਨ ਕਾਰਡ, ਉਹ ਕਿਹੜਾ ਬਾਲੇ ਲੱਗਣੇ ਨੇ। ਚੱਲ ਫਿਰ ਲਿਆ ਦੋ ਉਹ ਜੀ ਬਾਲਾ, ਕਿਤੇ ਲਿਆ ਦੋ, ਲਿਆ ਦੇ। ਆਹੀ ਨੇ ਬਸ, ਆ ਲੈ ਭਰਾਵਾ, ਮੈਂ ਤੈਨੂੰ ਵਿਸ਼ਵਾਸ ਕਰਕੇ ਆਪਦੇ ਪ੍ਰੂਫ ਦਿੱਤੇ ਨੇ, ਨਹੀਂ ਮੈਂ ਕਿਸੇ ਨੂੰ ਨਾ ਪ੍ਰੂਫ ਦਿੰਦਾ ਨਹੀਂ ਹੈਗਾ। ਆਪਦੇ ਕਰਕੇ ਦਿੱਤੇ ਆ ਭਾਈ, ਹੁਣ ਤੁਸੀਂ ਵੀ ਸਾਡੇ ਦਾ ਨਾ ਭਰੋਸਾ ਨਾ ਤੋੜਿਓ। ਅਸੀਂ ਵੀ ਆਪਦੇ ਕਰਕੇ ਆਏ ਸੀ ਭੈਣ ਤੁਹਾਡੇ ਲਵੇ, ਨਹੀਂ ਹੋਰ ਕਿਸੇ ਲਵੇ ਨਹੀਂ ਬਾਕੀ। ਅਸੀਂ ਕੋਈ ਬੈਂਕ ਵਾਲਾ ਮੇਰੇ ਬਾਰ ਚ ਨਹੀਂ ਆਉਣਾ ਚਾਹੀਦਾ, ਜਮਾ ਨਹੀਂ ਆਉਂਦਾ ਭੈਣੇ, ਤੂੰ ਨਿਸ਼ਚਿੰਤ ਰਹਿ ਇਸ ਗੱਲ ਨੂੰ ਲੈ ਕੇ, ਆਪਦੀ ਟਾਈਮ ਤੇ ਕਿਸ਼ਤ ਪਹੁੰਚਾਉਂਦੇ ਰਹਿਓ। ਠੀਕ ਹੈ, ਚੱਲੀਏ ਜੀ ਆਪਾਂ। ਚਲੋ ਜੀ, ਠੀਕ ਹੈ, ਚੱਲ ਠੀਕ ਹੈ। ਆ ਚੱਕ ਪ੍ਰੂਫ, ਬਣ ਗਈ ਗੱਲ। ਵੱਡੇ ਸ਼ਰੀਕ ਸ਼ਰੀਕ ਕਰਦੀ ਸੀ, ਹੁਣ ਦਿਖਾਉਂ ਮੈਂ ਵੀ ਸ਼ਰੀਕ ਕੀ ਹੁੰਦੇ ਨੇ। ਤਾਰ ਮਾਸਟਰ ਦਾ ਘਰ ਆਹੀ ਹੈ ਬਾਈ? ਹਾਂਜੀ ਬਾਈ। ਮਿਲਣਾ ਸੀ ਮਾੜਾ ਜਿਹਾ। ਆਜੋ ਡੈਡੀ। ਓ ਡੈਡੀ। ਹਾਂਜੀ। ਆ ਦੇਖੋ ਕੌਣ ਆਇਆ ਆਪਣੇ ਘਰੇ। ਕੌਣ ਆਇਆ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤਾਰ ਸਿੰਘ ਦਾ ਸਮਾਂ ਹੋਗਰ ਸਿੰਘ ਤੁਸੀਂ? ਹਾਂਜੀ ਹਾਂ। ਤੇ ਉਹ ਮਾੜਾ ਜਿਹਾ ਉਹ ਕਾਲੇ ਨੂੰ ਪਤਾ ਚੈੱਕ ਕਰ ਲਓ ਮਾੜਾ ਜਿਹਾ, ਲੋਨ ਲੈਤਾ ਸੀ। ਕਾਹਦਾ ਜੀ? ਪਾਣੀ ਲੈ ਕੇ ਉਤਰੋ। ਏ ਲਿਆਨਾ ਅਵਤਾਰ ਸਿੰਘ ਸੋਨਾ ਮੁਕਰ ਸਿੰਘ ਨਾ। ਹਾਂਜੀ। ਹੈਂ ਪ੍ਰੂਫ ਤਾਂ ਸਾਡੀ ਨੇ ਇਹ, ਅਸੀਂ ਪਰ ਲੋਨ ਤਾਂ ਲਿੱਤਾ ਨੀਗਾ। ਹੋਰ ਜੀ ਸਬੂਤ ਤਾਂ ਨੀ ਝੂਠ ਬੋਲਦੇ ਗੇ?
ਹੋਰ ਦੇ ਘਰੇ ਨਾ ਵਗ ਗਿਆ ਮੈਂ ਹਾਂ ਦੇਖਿਓ ਤੁਸੀਂ ਮੜਾ ਹਾਂ ਇਹ ਤਾਂ ਉਹੀ ਪ੍ਰੂਫ ਨੇ ਜਿਹੜਾ ਤੇਰਾ ਛੋਟਾ ਭਾਈ ਲੈ ਕੇ ਗਿਆ ਸੀ ਘਰ ਦੇ ਲੋਨ ਤੇ ਜਿਹੜਾ ਕਹਿੰਦੇ ਸੀ 40,000 ਦਾ ਚੱਕਣਾ ਇਹਦਾ ਜੀ 40,000 ਦਾ ਸੀ ਮੇਰੇ ਭਰਾ ਨੇ ਲੈਤਾ ਸੀਗਾ 40 ਦਾ ਨਹੀਂ ਜੀ 2.5 ਲੱਖ ਦਾ ਲੋਨ ਆ ਵੱਡਾ ਤੇ ਦੋ ਦਿਨ ਮੇਰੇ ਛੋਟੀਆਂ ਕਿਸ਼ਤਾਂ ਟੁੱਟ ਗਈਆਂ ਤੇ 2.5 ਲੱਖ ਦਾ ਲੋਨ ਸੀ ਤੇ ਕੁੱਲ ਮਿਲਾ ਕੇ 2.75 ਬਣ ਗਿਆ ਦੇਖਿਆ ਨਾ ਮੈਂ ਤੈਨੂੰ ਕਿਹਾ ਸੀਗਾ ਵੀ ਉਹਦੀਆਂ ਗੱਲਾਂ ਚ ਨਾ ਉਹ ਮੋਮੋ ਠਗਣੀ ਬਣ ਕੇ ਆਈ ਸੀ ਮਤਲਬ ਭਰੀ ਗਈ ਹੁਣ ਕਿਸ਼ਤਾਂ 2.5 ਲੱਖ ਹਾਏ ਮੈਨੂੰ ਕੀ ਪਤਾ ਸੀ ਵੀ ਮੈਨੂੰ ਨਾ ਵਿਸ਼ਵਾਸਘਾਤ ਕਰ ਜੂਗੀ ਮੈਂ ਤਾਂ ਉਹਦਾ ਭਲਾ ਹੀ ਸੋਚਿਆ ਸੀ ਤੇਰਾ ਹੀ ਭਾਈ ਸੀ ਤੇਰਾ ਹੀ ਖੂਨ ਸੀ ਦੇਖ ਲਾ ਰੰਗ ਪ੍ਰੂਫ ਤਾਂ ਤੂੰ ਹੀ ਦਿੱਤੇ ਨੇ ਮੈਂ ਬਾਰ ਬਾਰ ਰੁਕਿਆ ਸੀ ਮੈਂ 3 ਦਿਨ ਮੋੜਦਾ ਰਿਹਾ ਤੂੰ ਕਹਿੰਦੀ ਦੇ ਦਿੰਦੇ ਆ ਕਿਸ਼ਤਾਂ ਅਗਲੇ ਨੇ ਭਰਨੀਆਂ ਨੇ ਸਭ ਕੁਝ ਅਗਲੇ ਨੇ ਕਰਨਾ ਆ ਆਪਣੇ ਬਾਰ ਚ ਆ ਕੇ ਖੜ ਗਏ ਹੁਣ ਬੈਂਕ ਵਾਲੇ ਹਾਏ ਮੈਂ ਤਾਂ ਅਗਲੇ ਦਾ ਭਲਾ ਹੀ ਸੋਚਿਆ ਸੀ ਮੈਨੂੰ ਕੀ ਪਤਾ ਸੀ ਵੀ ਛੋਟਾ ਭਾਈ ਹੋ ਕੇ ਜੜਾਂ 'ਚ ਬਹਿ ਜਾਊਗਾ ਬਰੇ ਲੜ ਤੁਸੀਂ ਫੇਰ ਪੇ ਪਹਿਲਾਂ ਬੈਂਕ ਦੇ ਕਿਸ਼ਤਾਂ ਭਰ ਦੋ ਵੀਰਾ ਅਸੀਂ ਕਿੱਥੋਂ ਭਰ ਦਈਏ ਉਹਨਾਂ ਤੋਂ ਲੈ ਜਾ ਕੇ ਉਹਨਾਂ ਨੇ ਪੈਸੇ ਲੈਤੇ ਨੇ ਦੇਖੋ ਜੀ ਮੈਂ ਤੁਹਾਨੂੰ ਜਾਣਦਾ ਮੈਂ ਇਹਨਾਂ ਨੂੰ ਨਹੀਂ ਜਾਣਦਾ ਪ੍ਰੂਫ ਛੋਡੇ ਨੇ ਤੇ ਤੁਹਾਨੂੰ ਬੈਂਕ ਨੇ 5 ਦਿਨ ਦਾ ਟਾਈਮ ਦਿੱਤਾ ਕਿ 5 ਦਿਨਾਂ 'ਚ ਕਿਸ਼ਤਾਂ ਕਲੀਅਰ ਕਰ ਦਿਓ ਨਹੀਂ ਤੁਹਾਡਾ ਬੈਂਕ ਕਰਦਾ ਪੂਰਾ ਠੀਕ ਹੈ ਵੀਰੇ ਆ ਲਓ ਤੁਹਾਡੇ ਕਾਗਜ਼ ਤੇ 5 ਦਿਨਾਂ ਬਾਅਦ ਮੈਂ ਫੇਰ ਆਊਂਗਾ 5 ਦਿਨਾਂ ਦਾ ਕਿਸ਼ਤਾਂ ਕਲੀਅਰ ਕਰ ਦਿਓ ਹਾਏ ਆਪਾਂ ਇੰਨੇ ਪੈਸੇ ਕਿੱਥੋਂ ਭਰਾਂਗੇ ਇਹ ਤਾਂ ਆਪਣੇ ਨਾਲ ਧੋਖਾ ਹੋ ਗਿਆ ਬਹੁਤ ਵੱਡਾ ਫਰਾਡ ਆ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਇਹ ਕੰਪਨੀਆਂ ਫਰਾਡ ਕਰਦੀਆਂ ਆਪਣੇ ਨਾਲ ਤਾਂ ਆਪਣਿਆਂ ਨੇ ਫਰਾਡ ਕਰਤਾ ਕੰਪਨੀਆਂ ਦਾ ਕੀ ਕਸੂਰ ਆ ਜਦੋਂ ਆਪ ਦਾ ਖੂਨ ਹੀ ਗੰਦਾ ਨਿਕਲ ਗਿਆ ਅੱਜ ਕੱਲ ਕਿਸੇ ਤੇ ਵਿਸ਼ਵਾਸ ਨਾ ਕਰੇ ਚੱਲ ਹੁਣ ਆਪਾਂ ਚੱਲਦੇ ਆ ਉਹਨਾਂ ਨੇ ਦੇਖਦੇ ਆ ਕੀ ਕਹਿੰਦੇ ਕਿਉਂ ਨਹੀਂ ਕਿਸ਼ਤਾਂ ਭਰੀਆਂ ਅੱਗੇ ਉਹ ਆਪਣੇ ਘਰੇ ਨੀਵੇਂ ਹੋ ਕੇ ਆਏ ਸੀਗੇ ਆਪਾਂ ਨੂੰ ਠੱਗਣ ਵਾਸਤੇ ਹੁਣ ਆਪਾਂ ਨੂੰ ਉਹਨਾਂ ਦੀਆਂ ਮਿੰਨਤਾਂ ਕਰਨ ਜਾਣਾ ਪਊਗਾ ਚੱਲ ਦੇਖਦੇ ਆ ਕਿਹੜਾ ਕੀ ਕਹਿੰਦੇ ਨੇ ਅੱਜ ਚੱਲਦੇ ਆ ਅਤੇ ਇਹ ਤੁਸੀਂ ਵਧੀਆ ਕਰ ਲਿਆ ਪਹਿਲਾਂ ਤਾਂ ਇੱਥੇ ਕੁਝ ਵੀ ਨਹੀਂ ਸੀ ਜਦੋਂ ਪਹਿਲਾਂ ਆਈ ਸੀ ਉਦੋਂ ਤਾਂ ਏਸੀ ਚੋਂ ਨਹੀਂ ਨਿਕਲਦੀ ਗਰਮੀ ਤਾਂ ਦੇਖ ਲਓ ਇਹ ਕਿੰਨੀ ਆ ਏਸੀ ਚੋਂ ਨਹੀਂ ਨਿਕਲਦੀ ਲੈ ਗਰਮੀ ਆ ਇੱਥੇ ਹੋਰ ਏਸੀ ਬੈਠਣ ਵਾਸਤੇ ਲਵਾਇਆ ਹੋਰ ਕਾਦੇ ਵਾਸਤੇ ਲਵਾਇਆ ਹਾਂ ਕਹਿੰਦੀ 2-4 ਮੱਝਾਂ ਹੋਰ ਪੋਣੀਆਂ ਹੋਰ ਹੀ ਮੈਂ ਤਾਂ ਕਹਿ ਰਹੀ ਆ ਬੈੜੀਆਂ ਜਾਂ 2 ਕੀ ਦਿਖ ਰਹੀਆਂ ਨੇ ਇੱਥੇ ਭਰਿਆ ਸੋਹਣਾ ਲੱਗਦਾ ਹੈ ਖਾਲੀ ਜਿਹਾ ਲੱਗਦਾ ਲਓ ਜੀ ਤੁਸੀਂ ਕਿਹੜਾ ਕਿਸੇ ਦੀ ਮੰਨਣੀ ਹੁੰਦੀ ਹੈ ਨਾਲੇ ਤੁਹਾਨੂੰ ਪਤਾ ਹੈ ਜਿਹੜੀ ਸਕੀਮ ਮੈਂ ਲਾਦਾ ਨਾ ਉਹ 100% ਚੱਲਦੀ ਹੈ ਨਾਲੇ ਪਹਿਲਾਂ ਚੱਲੀ ਆ ਕਿ ਨਾ ਇਹ ਦੱਸ ਦੋ ਚੱਲੀ ਆ ਬਸ ਫਿਰ ਆ ਤੇਰੀ ਗੱਲ ਮੰਨਦਾ ਮੈਂ ਚੱਲ ਕੋਈ ਨਾ ਕਰਦੇ ਆ ਵਪਾਰੀ ਨਾਲ ਗੱਲ ਫਿਰ ਮੈਂ ਕਰਦਾ ਗੱਲ ਪਾਲਾਂਗੇ ਮੱਝਾਂ ਹੋਰ ਫਿਰ ਦੇਖੋ ਤਾਂ ਸਹੀ ਕਿੱਡਾ ਵੱਡਾ ਡੇਅਰੀ ਫਾਰਮ ਖੋਲਿਆ ਖੋਲਣੇ ਆ ਕਿਹੜਾ ਕਹੀ ਮਾਰ ਕੇ ਬਣਾਇਆ ਹੈਗਾ ਲੋਕਾਂ ਨਾਲ ਠੱਗੀਆਂ ਮਾਰ ਮਾਰੀ ਖੋਲੇ ਆ ਹਾਂ ਹਾਂ ਬਾਈ ਕਿਹੜੀ ਠੱਗੀ ਮਾਰ ਲਈ ਮੈਂ ਆ ਠੱਗੀ ਨਹੀਂ ਤਾਂ ਹੋਰ ਕੀ ਆ ਆ ਦੇਖੋ ਤਾਂ ਅਸੀਂ ਆਪਦਾ ਹੱਕ ਲਿਆ ਜਿਹੜਾ ਤੁਸੀਂ ਸਿੱਧੇ ਹੱਥ ਨਾਲ ਨਹੀਂ ਨਾ ਦਿੱਤਾ ਸੀ ਉਹ ਅਸੀਂ ਪੁੱਠੇ ਹੱਥ ਨਾਲ ਕੱਢ ਲਿਆ ਅਸੀਂ ਤੁਹਾਨੂੰ ਜਗ੍ਹਾ ਵੀ ਵੱਧ ਦਿੱਤੀ ਬਾਪੂ ਵਾਲਾ ਹਿੱਸਾ ਵੀ ਦਿੱਤਾ ਹਜੇ ਵੀ ਤੁਸੀਂ ਐਂ ਕਰਦੇ ਸਾਡੇ ਨਾਲ ਕਿਹੜਾ ਹਿੱਸਾ ਉਹ ਟੁੱਟਿਆ ਜਿਹਾ ਕੋਠਾ ਜਿਹੜਾ ਤੁਸੀਂ ਸਾਨੂੰ ਦੇ ਕੇ ਆਏ ਸੀ ਸਾਨੂੰ ਦੇ ਕੇ ਸੜਿਆ ਕੋਠਾ ਤੁਸੀਂ ਮਹਿਲ ਵਰਗੀ ਕੋਠੀ ਚਿੰਨ ਲਈ ਪਾਇਆ ਪਵਾਇਆ ਵੀ ਛੱਡਿਆ ਸੀ ਤੁਹਾਨੂੰ ਤੁਹਾਡੀ ਸਹਿਮਤੀ ਨਾਲ ਹੀ ਹੋਇਆ ਸੀ ਉਦੋਂ ਦੱਸਦੇ ਜੇ ਤੁਸੀਂ ਕੁਝ ਲੈਣਾ ਸੀ ਸਾਡੇ ਸਿੱਧੇ ਮੱਥੇ ਮੰਗਦੇ ਆ ਧੋਖਾ ਕਰਨ ਦੀ ਕੀ ਲੋੜ ਪੈ ਗਈ ਸੀ ਕੀ ਧੋਖਾ ਕਰਤਾ ਇਹ ਧੋਖਾ ਹੀ ਹੈ ਤੇਰੇ ਤੋਂ ਲੈ ਕੇ ਆਈ ਸੀ ਨਾ ਵਿਸ਼ਵਾਸਘਾਤ ਹੈ ਵਿਸ਼ਵਾਸਘਾਤ ਕੋਈ ਕਿਸੇ ਤੇ ਯਕੀਨ ਨਹੀਂ ਕਰੂ ਅੱਗੇ ਤੋਂ ਜਿਵੇਂ ਮਰਜ਼ੀ ਲੈ ਲਿਆ ਸੀ ਤਾਂ ਸਿੱਧੇ ਮੱਥੇ ਮੰਗਦੀ ਆ ਕੇ ਦੱਸਦੀ ਵੀ ਮੈਨੂੰ ਕੋਠੀ ਚਾਹੀਦੀ ਆ ਕੋਠੀ 'ਚ ਹਿੱਸਾ ਚਾਹੀਦਾ ਇਹ ਤਾਂ ਵਿਸ਼ਵਾਸਘਾਤ ਹੈ ਕਿਸੇ ਨੇ ਆਪਦੇ ਭੈਣ ਭਾਈ ਤੇ ਵਿਸ਼ਵਾਸ ਨਹੀਂ ਕਰਨਾ ਦੇਣਾ ਹੁੰਦਾ ਤੁਸੀਂ ਪਹਿਲੇ ਨਾ ਦੇ ਦਿੰਦੇ ਮੇਰੇ ਮੰਗੇ ਤੇ ਤੁਸੀਂ ਦਿੰਦੇ ਲੈ ਕੇ ਗਏ ਆ ਸੋ ਨਹੀਂ ਤਮਾਂ ਭਰੀ ਦਿੱਤਾ ਹੁੰਦਾ ਤਮਾਂ ਭਰੀ ਲੱਖੇ ਤੁਸੀਂ ਚੰਗਾ ਨਹੀਂ ਕੀਤਾ ਹੁਣ ਅਸੀਂ ਇਹ ਪੈਸੇ ਕਿਵੇਂ ਭਰਾਂਗੇ ਲੱਖੇ ਪੈਸੇ ਭਰੋ ਬਾਈ ਜਿਹੜੀ ਤੁਸੀਂ ਜ਼ੁਬਾਨ ਕਰੀ ਸੀ ਉਹ ਤੇ ਪੂਰੇ ਉਤਰ ਹੁਣ ਕਿਹੜੇ ਜ਼ੁਬਾਨ ਕਿਹੜੇ ਪੈਸੇ ਆ ਚੱਕੋ ਆਰੇ ਫਾਰਮ ਤੇ ਤੁਰਦੇ ਲੱਗੋ ਇੱਥੋਂ ਚੱਲਦੇ ਫਿਰਦੇ ਨਜ਼ਰ ਆਓ ਭਾਲਦੇ ਆ ਪੈਸੇ ਸਾਡੇ ਤੋਂ ਨਰਦਾ ਦੇਖ ਲਾਂਗੇ ਸੋਨੂੰ ਵੀ ਦੇਖ ਲਈ ਬਹੁਤਾ ਚਿਰ ਫਲਦੇ ਵਿੱਚ ਖੇਡਾ ਪੈਸਾ ਧੋਖੇ ਨਾਲ ਹੀ ਨਿਕਲੂਗਾ ਕੋਈ ਨਾ ਰੱਬ ਤਾਂ ਦੇਖਦਾ ਸਾਰਾ ਚੱਲਦਾ ਦੇਖਿਆ ਆਪਣੇ ਨਾਲ ਕਿੱਡਾ ਵੱਡਾ ਧੋਖਾ ਹੋਇਆ ਮੈਂ ਤੈਨੂੰ ਕਿੰਨੇ ਵਾਰੀ ਸਮਝਾਇਆ ਸੀ ਪੈਸਿਆਂ ਦੇ ਲੈਣ ਦੇਣ 'ਚ ਕਿਸੇ ਤੇ ਵੀ ਵਿਸ਼ਵਾਸ ਨਾ ਕਰੇ ਸਹੀ ਗੱਲ ਆ ਅੱਜ ਕੱਲ ਕੋਈ ਨਹੀਂ ਕਿਸੇ ਦਾ ਹੈਗਾ ਹਾਂ ਇਸ ਲਈ ਕਿਸੇ ਤੇ ਵੀ ਭਰੋਸਾ ਨਾ ਕਰੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਪਲੀਜ਼ ਕਮੈਂਟ 'ਚ ਜ਼ਰੂਰ ਦੱਸਣਾ ਲਾਈਕ ਐਂਡ ਸ਼ੇਅਰ ਕਰ ਦਿਓ ਜੀ ਸਾਡਾ ਚੈਨਲ ਮਾਸਟਰ ਕਾਰ ਕੁੱਟੀ ਦੇ ਨਾਂ 'ਤੇ ਜ਼ਰੂਰ ਸਬਸਕ੍ਰਾਈਬ ਕਰ ਥੈਂਕ ਯੂ ਸੋ ਮਚ